ਇਸ ਸ਼ਨੀਵਾਰ ਮੇਰੇ ਨਾਲ ਹੋਣਗੇ ਭਾਈ ਸਾਹਿਬ ਭਾਈ ਹਰਸਿਮਰਨ ਸਿੰਘ ਜੀ ਅਨੰਦਪੁਰ ਸਾਹਿਬ ਵਾਲੇ ਗੁਰਦੁਆਰੇ ਤੇ ਅਕਾਲਤ ਵਿੱਚ ਕੀ ਡਿਫਰੈਂਸ ਸਮਝਦੇ ਤੁਸੀਂ ਮੈਂ ਸਮਝਦਾ ਕਿ ਗੁਰਦੁਆਰਾ ਇੰਸਟੀਚਿਊਸ਼ਨ ਦੀ ਅਗਰ ਪ੍ਰਸੰਗਿਕਤਾ ਤੇ ਸਾਰਥਿਕਤਾ ਬਣੀ ਰਹੇਗੀ ਤਾਂ ਧਰਮ ਪ੍ਰਚਾਰ ਔਰ ਸਿੱਖੀ ਜਿਹੜੀ ਹੋਰ ਅੱਗੇ ਫੈਲੇਗੀ ਕਿ ਸੱਚਮੁੱਚ ਕੋਈ ਇਹੋ ਜਿਹਾ ਕੇਂਦਰ ਹੈ ਅਕਾਲ ਤਖਤ ਪਰਿਵਾਰ ਜਿਸਲੇ ਰਾਜਨੀਤੀ ਤੇ ਹਾਵੀ ਹੋ ਜਾਂਦਾ ਹੈ ਯਾਨੀ ਸਿਸਟਮ ਨਹੀਂ ਰਹਿੰਦਾ ਤਾਂ ਪਰਿਵਾਰਕ ਜਿਹੜੀਆਂ ਪ੍ਰੋਬਲਮਸ ਨੇ ਜੀ ਉਹ ਹਾਵੀ ਹੋ ਜਾਂਦੀ ਜਿਹੜਾ ਉਹ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਦੀ ਨਿਯੁਕਤੀ ਹੈ ਨਾ ਉੱਥੇ ਕੋਈ ਪ੍ਰੋਬਲਮ ਹੈ ਹਾਲਾਂਕਿ ਗੁਰਦੁਆਰਾ ਐਕਟ ਵਿੱਚ ਨਿਕਲਿਆ ਨਹੀਂ ਲਿਖਿਆ ਕਿ ਉਹ ਸ਼੍ਰੋਮਣੀ ਕਮੇਟੀ ਨੇ ਨਿਯੁਕਤੀ ਕਰਨੀ ਹੈ ਲੇਕਿਨ ਬਾਈ ਪ੍ਰੋਕਸੀ ਉਹ ਜਿਹੜਾ ਅਧਿਕਾਰ ਸੀ ਸ਼੍ਰੋਮਣੀ ਕਮੇਟੀ ਕੋਲ ਚਲਾ ਗਿਆ ਸ਼੍ਰੋਮਣੀ ਕਮੇਟੀ ਉਹ ਐਕਚੁਅਲੀ ਲਿਖਿਆ ਹੈਡ ਮਿਨਿਸਟਰ ਹੈਡ ਮਿਨਿਸਟਰ ਮੀਨਸ ਹੈਡ ਗ੍ਰੰਥੀ ਹੈਡ ਗ੍ਰੰਥੀ ਹੈਡ ਗ੍ਰੰਥੀ ਤੇ ਹੈਡ ਗ੍ਰੰਥੀ ਤੇ ਹੋਰ ਹੈ ਤੇ ਤਾਂ ਹੋਰ ਹੈ ਸਰ ਜ਼ਰੂਰ ਵੇਖਣਾ ਤੁਹਾਡਾ ਆਪਣਾ ਪ੍ਰੋਗਰਾਮ ਮੇਰੇ ਰਾਮ ਪਿਆਰੇ ਰਾਤ 9 ਵਜੇ ਅਤੇ ਮੁੜ ਪ੍ਰਸਾਰਣ ਸਵੇਰੇ 10:30 ਵਜੇ